ਕੋ ਪੰਜ ਕੁਐਸਚਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਗੜਬੜ ਪਾਈ ਗਈ ਹੈ। ਉੱਪਰੋਂ ਡਿਪਾਰਟਮੈਂਟ ਕੀ ਕਹਿ ਰਿਹਾ ਸਰਕਾਰ ਕੀ ਕਹਿ ਰਹੀ ਹੈ ਕਿ ਅਗਰ ਕੋਈ ਇਤਰਾਜ਼ ਹੈ ਤਾਂ ਤੁਸੀਂ 500 ਰੁਪਿਆ ਇੱਕ ਕੁਐਸਚਨ ਦਾ ਜਮ੍ਹਾਂ ਕਰਾਓ। ਆ ਜਿਹੜੇ ਆਨਸਰ ਕੀ ਦਿਓ ਕਹਿੰਦੇ ਜਿੰਨੇ ਸਾਡੇ ਇੰਸਟੀਚਿਊਸ਼ਨ ਆਲੇ ਨੇ ਸਾਰੇ ਨੇ ਉਹ ਇਹ ਗੱਲ ਉਠਾਰੇ ਨਹੀਂ ਕਿ ਇਹ ਜਵਾਬ ਹੀ ਗਲਤ ਨੇ। ਹੁਣ ਗਲਤੀ ਸਰਕਾਰ ਦੀ ਮੜ ਦਿੱਤੀ ਐ ਸਟੂਡੈਂਟਾਂ ਦੇ ਸਿਰ 500 ਰੁਪਿਆ ਤੁਸੀਂ ਇੱਕ ਕੁਐਸਚਨ ਦਾ ਕਹਿ ਰਹੇ ਹੋ ਤਾਂ ਉਹਨਾਂ ਦੇ ਸਿਰ ਮੜ ਰਹੇ ਹੋ ਤੁਸੀਂ ਥਿਊਰੀ ਹੁੰਦੀ ਆ ਪੋਲਿਟਿਕਸ ਦੀ ਕਿ ਪੀੜਤ ਤਾਂ ਪੀੜਤ ਨੂੰ ਹੀ ਦੋਸ਼ੀ ਬਣਾ ਦੋ। 30 ਕਰੋੜ ਦੇ ਨੇੜੇ 30 ਤੋਂ 35 ਕਰੋੜ ਦੇ ਨੇੜੇ ਸਰਕਾਰ ਨੂੰ ਕਿਉਂਕਿ 250 ਰੁਪਿਆ ਐਸੀ ਸਟੂਡੈਂਟ ਲਈ ਉਸ ਤੋਂ ਵੱਡਾ 500 ਰੁਪਿਆ ਸੀਗਾ ਔਰ 2 2.5 ਲੱਖ ਦੇ ਨੇੜੇ ਬੱਚਿਆਂ ਨੇ ਭਰਿਆ ਹੈ ਕਿ 27 28 29 ਨੂੰ ਜੇਲ੍ਹ ਵਾਰਡਨ ਦਾ ਪੇਪਰ ਹੋ ਰਿਹਾ ਪਰ 28 29 ਨੂੰ ਹੀ ਬੈਂਕ ਦਾ ਪੇਪਰ ਹੈ ਇਹ ਡੇਟਸ ਕਲੈਸ਼ ਕਿਉਂ ਹੋਈਆਂ ਨੇ ਕੋਈ ਅਣਗਹਿਲੀ ਹੈ ਸਰਕਾਰ ਦੀ ਬੱਚਿਆਂ ਨੂੰ ਖੱਜਲ ਖਵਾਰੀ ਤਾਂ ਹੋਈ ਹੋਈ ਬਲਕਿ ਸੈਂਟਰਾਂ ਦੇ ਵਿੱਚ ਵੀ ਉਹਨਾਂ ਦੇ ਕਕਾਰ ਤੱਕ ਲਹਾ ਦਿੱਤੇ ਗਏ ਸੀ ਕਿਸੇ ਦੇ ਧਾਰਮਿਕ ਚਿੰਨ੍ਹ ਅਸੀਂ ਫਰਾਂਸ ਦੀ ਸਰਕਾਰ ਨੂੰ ਤਾਂ ਇਥੋਂ ਲਿਖਦੇ ਹਾਂ ਕਿ ਸਾਡਾ ਧਾਰਮਿਕ ਚਿੰਨ੍ਹ ਜੇ ਕੈਪਟਨ ਹੋਣ ਚਾਹੇ ਬਾਦਲ ਹੋਣ ਜਿਵੇਂ ਬੱਚਿਆਂ ਦਾ ਇਤਰਾਜ਼ ਅਸੀਂ ਕੋਈ ਅੱਖੀਂ ਦੇਖੀ ਘਟਨਾ ਨਹੀਂ ਹੈ ਪਰ ਬਹੁਤ ਸਾਰੇ ਬੱਚਿਆਂ ਨੇ ਇਹ ਗੱਲ ਕਹੀ ਹੈਗੀ ਕਿ ਕਈ ਥਾਵਾਂ ਤੇ ਸਾਡੇ ਕਕਾਰ ਲਹਾਏ ਗਏ ਵਿਦਿਆਰਥੀ ਬਠਿੰਡੇ ਦਾ ਪੇਪਰ ਦੇਣਾ ਆ ਰਿਹਾਗਾ ਲੁਧਿਆਣੇ ਤੋਂ ਅੱਗੇ ਵਿਦਿਆਰਥੀ ਫਿਰੋਜ਼ਪੁਰ ਦਾ ਪੇਪਰ ਦੇਣ ਆ ਰਿਹਾ ਪਟਿਆਲੇ ਕੋਰ ਇਸ ਗੱਲ ਨੇ ਉਹ ਦਿਨ ਬੱਸਾਂ ਤੇ ਚੜੇ ਸਟੂਡੈਂਟਾਂ ਨੇ ਦੱਸਿਆ ਪੰਜਾਬ ਕੀ ਐ ਵੈਸੇ ਨਹੀਂ ਆਪਾਂ ਨੂੰ ਪਤਾ ਲੱਗਦਾ ਪੰਜਾਬ ਦੇ ਅੰਦਰ ਕਿੱਡੇ ਵੱਡੇ ਪੱਧਰ ਤੇ ਬੇਰੋਜ਼ਗਾਰੀ ਐ ਸੰਕਟ ਦੇ ਕੋਸਾਈਟੀ ਦਾ ਕਿੱਡਾ ਵੱਡਾ ਸੰਕਟ ਐ ਸਾਡੀਆਂ ਸਰਕਾਰਾਂ ਨੂੰ ਸਾਡੀ ਪੋਲੀਟੀਕਲ ਪਾਰਟੀਆਂ ਨੂੰ ਸਭ ਨੂੰ ਸੁਚਨ ਦੀ ਲੋੜ ਐ ਜਿੰਨੇ ਵੱਡੇ ਪੱਧਰ ਤੇ ਸੰਕਟ ਐ ਪੜ੍ਹੇ ਲਿਖੇ ਬੇਰੋਜ਼ਗਾਰ ਨੇ ਇੱਕ ਗੱਲ ਜਾਣ ਲੋ ਇਹਨਾਂ ਨੂੰ ਦੇਰ ਨਹੀਂ ਲੱਗਣੀ ਜਦੋਂ ਕੋਈ ਦੂਜੇ ਪਾਸੇ ਨੂੰ ਤੁਰਦੇ ਆ ਘਟੂ ਘਟ ਟ੍ਰੀਟਮੈਂਟ ਦਾ ਠੀਕ ਕਰੋ ਨਾਲ ਤੁਹਾਡੀ ਨੌਕਰੀ ਤੇ ਆਉਂਦਿਆਂ ਵੀ ਉਹ ਤੁਹਾਡੇ ਤੋਂ ਨਿਰਾਸ਼ ਹੋਣ ਤੁਹਾਡੇ ਪ੍ਰਤੀ ਨਫ਼ਰਤ ਪੈਦਾ ਹੋਵੇ ਜੇ ਨੌਕਰੀ ਨਹੀਂ ਦੇ ਸਕਦੇ ਘੱਟੋ ਘੱਟ ਉਹਨਾਂ ਨੂੰ ਸਹੀ ਮਹੌਲਤਾ ਦੇ ਦਿਓ ਪਟਵਾਰੀਆਂ ਦੀ ਪ੍ਰੀਖਿਆ ਤੇ ਵੱਡਾ ਰੌਲਾ ਪਿਆ ਹੋਇਆ ਹੈ ਪੀਪਰਾਂ 'ਚ ਵੀ ਗੜਬੜ ਹੈ ਤੇ ਅਗਲੇ ਜਿਹੜੇ ਪੀਪਰ ਨੇ ਉਹਨਾਂ ਦੀਆਂ ਡੇਟਸ ਵੀ ਕਲੈਸ਼ ਹੋ ਰਹੀਆਂ ਨੇ ਇਸੇ ਗੱਲ ਨੂੰ ਡੀਕੋਡ ਕਰਾਂਗੇ ਰਾਜਨੀਤੀ ਡੀਕੋਡ ਦੇ ਵਿੱਚ ਯਦਵਿੰਦਰ ਸਿੰਘ ਦੇ ਨਾਲ ਯਦਵਿੰਦਰ ਜੀ ਪਟਵਾਰੀਆਂ ਦੀ ਪ੍ਰੀਖਿਆ ਨੂੰ ਲੈ ਕੇ ਵੱਡਾ ਰੌਲਾ ਪਿਆ ਹੋਇਆ ਸਵਾਲ ਹੋਰ ਨੇ ਜਵਾਬ ਹੋਰ ਨੇ ਕੁਐਸਚਨ ਪੀਪਰ 'ਚ ਗੜਬੜਾਂ ਨੇ ਅਜਿਹਾ ਕਿਉਂ ਹੈ ਦੇਖੋ ਪੰਜ ਕੁਐਸਚਨ ਇਸ ਤਰ੍ਹਾਂ ਦੇ ਨੇ ਜਿਨ੍ਹਾਂ 'ਚ ਗੜਬੜ ਪਾਈ ਗਈ ਹੈ ਔਰ ਵੱਡੇ ਪੱਧਰ ਤੋਂ ਅੱਜ ਪੰਜਾਬ 'ਚੋਂ ਕਿਉਂਕਿ ਰਾਜਨੀਤੀ ਡੀਕੋਡ ਬਹੁਤ ਵੱਡੇ ਪੱਧਰ ਦੇ ਉੱਤੇ ਦੇਖਦੇ ਨੇ ਸਟੂਡੈਂਟ ਵੀ ਅੱਜ ਬਹੁਤ ਸਾਰੇ ਸਟੂਡੈਂਟਾਂ ਨੇ ਮੈਨੂੰ ਕਾਲਾਂ ਕੀਤੀਆਂ ਤੇ ਉਹਨਾਂ ਨੇ ਪੇਪਰ ਵੀ ਭੇਜਿਆ ਉਹਨਾਂ ਨੇ ਕਿਹਾ ਕਿ ਜਿਹੜੀ ਕੀ ਪਾਈ ਗਈ ਅਨਸਰ ਕੀ ਪਾਈ ਜਾਂਦੀ ਹੈ ਉਹਦੇ 'ਚ ਜੋ ਜਵਾਬ ਦਿੱਤੇ ਗਏ ਨੇ ਤੇ ਜੋ ਅਸਲ ਜਵਾਬ ਨੇ ਉਹ ਗਲਤ ਨੇ ਜਿਵੇਂ ਪੇਪਰ ਭੇਜਿਆ ਉਹਨਾਂ ਨੇ ਮੈਨੂੰ ਇਹਨੇ ਲਿਖਿਆ ਕਿ ਚੌਥਾ ਨੰਬਰ ਕੁਐਸਚਨ ਆ ਹੇਠ ਲਿਖੇ ਮੁਹਾਵਰਿਆਂ ਦੇ ਅਰਥ ਤੇ ਸਹੀ ਪਛਾਣ ਕਰੋ ਫੋਕੀਆਂ ਟਾਰਾ ਮਾਰਨੀਆ ਇਹਦੀ ਕੋਈ ਵਿਆਖਿਆ ਹੋਣੀ ਚਾਹੀਦੀ ਸਕੇ ਇਹਨਾਂ ਨੇ ਏ ਨੂੰ ਸਹੀ ਜਵਾਬ ਦੱਸਿਆ ਪਰ ਏ 'ਚ ਲਿਖਿਆ ਹੋਇਆ ਜਵਾਨੀ ਜਮਾਂ ਖਰਚ ਕਰਨਾ ਇਹ ਆਲਰੇਡੀ ਇੱਕ ਮੁਹਾਵਰਾ ਗਾ ਝੂਠਿਆਂ ਦਾ ਗੁਰੂ ਝੋਲੀ ਚੱਕਮਲਾ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਕਈਆਂ ਹੋਈਆਂ ਨੇ ਦਾ ਫੋਕੀਆਂ ਟਾਰਾ ਮਾਰਨਿਆਂ ਦਾ ਜਿਹੜਾ ਜਵਾਬ ਆ ਇਹਦੇ 'ਚ ਵੀ ਜਿਹੜਾ ਇਤਰਾਜ਼ ਵਿਦਿਆਰਥੀ ਵੱਡੇ ਪੱਧਰ ਦੇ ਉੱਤੇ ਕਰ ਰਹੇ ਨੇ ਅ ਦੂਜਾ ਵਿਦਿਆਰਥੀਆਂ ਨੇ ਜਿਹੜਾ ਇਹ ਕੁਐਸਚਨ ਆਗਾ ਹੇਠ ਲਿਖਿਆਂ ਵਿੱਚੋਂ ਕਿਹੜੀ ਲੜਾਈ ਭਾਰਤ ਚ ਅੰਗਰੇਜ਼ ਹਕੂਮਤ ਨੂੰ ਪ੍ਰਮੁਖਤਾ ਦਿੰਦੀ ਹੈ ਜ ਜਿਉਂ ਉਨ੍ਹਾਂ ਨੇ ਕਿਹਾ ਕਿ ਜਵਾਬ ਦਿੱਤਾ ਬਕਸਰ ਦੀ ਲੜਾਈ ਜਦੋਂ ਕਿ ਪਲਾਸੀ ਦੀ ਲੜਾਈ ਹੈ ਜਿਹੜੀ 1757 ਚ ਇਹ 1764 ਚ ਹੁੰਦੀ ਹੈ ਤਾਂ ਮੈਸੂਰ ਦੀ ਲੜਾਈ ਆ ਬੱਚਿਆਂ ਨੇ ਆਪਣੇ ਤਰੀਕੇ ਨਾਲ ਉਹਦੀ ਆਪਸ਼ਨ ਜਿੰਨੇ ਪੜੀ ਹੋਏ ਐਸਟੀਯੂ ਦੇ ਹਿਸਾਬ ਨਾਲ ਦਿੱਤਾ ਪਰ ਇਹਨਾਂ ਨੇ ਜਿਹੜਾ ਜਵਾਬ ਦਿੱਤਾ ਉਸ ਜਵਾਬ ਦੇ ਉੱਤੇ ਵੱਡਾ ਇਤਰਾਜ਼ ਆ ਬੱਚਿਆਂ ਨੂੰ ਕਿਹਦਾ ਜਵਾਬ ਹੀ ਨਹੀਂ ਬਣਦਾਗਾ ਜਿਹੜਾ ਜਵਾਬ ਹੈ ਇਸੇ ਤਰ੍ਹਾਂ ਮੈਥ ਹਾਲਾਂਕਿ ਮੈਨੂੰ ਘੱਟ ਆਉਂਦਾਗਾ ਮੈਥ ਦਾ ਮੈਂ ਬਹੁਤ ਵੀਕ ਸਟੂਡੈਂਟ ਰਹਾ ਹਮੇਸ਼ਾ ਹੀ ਮੈਨੂੰ ਮੈਥ ਬਹੁਤ ਘੱਟ ਆਉਂਦਾ ਰਿਹਾਗਾ ਅੱਜ ਵੀ ਨਹੀਂ ਆਉਂਦਾ ਤੇ ਇਹ ਇਹ ਜਿਹੜੀ ਚੀਜ਼ ਹੈ ਮੈਥ ਦੇ ਅੰਦਰ ਵੀ ਇਹਨਾਂ ਨੇ ਇੱਕ 94 ਨੰਬਰ ਸਵਾਲ ਆ ਜਿਹੜਾ ਕਿ ਮੈਥ ਦੇ ਅੰਦਰ ਉਹਦਾ ਜਵਾਬ ਉਹ ਕਹਿੰਦੇ 3 ਬਣਦਾ ਇਹ ਬੱਚਿਆਂ ਨੇ ਦੱਸਿਆ ਕੋਈ ਇਹ ਤੇ ਇਹਦੇ ਚ ਪੁਆਇੰਟ 42 ਨੂੰ ਇਹਨਾਂ ਨੇ ਜਵਾਬ ਦਿੱਤਾ ਹੋਇਆ ਅਨਸਰ ਕੀਚ ਉੱਪਰੋਂ ਡਿਪਾਰਟਮੈਂਟ ਕੀ ਕਹਿ ਰਿਹਾ ਸਰਕਾਰ ਕੀ ਕਹਿ ਰਹੀ ਹੈ ਕਿ ਅਗਰ 500 ਰੁਪਿਆ ਇੱਕ ਕੁਐਸਚਨ ਦਾ ਜਮ੍ਹਾਂ ਕਰਾਓ ਯਾਨੀ 2500 ਰੁਪਿਆ ਬੱਚੇ ਫਿਰ ਕਰਾਉਣ ਗਰੀਬ ਪਰਿਵਾਰਾਂ ਦੇ ਬੱਚੇ ਔਰ 5-5 7-7 ਸਾਲ ਨੌਕਰੀਆਂ ਨਹੀਂ ਨਿਕਲਦੀਆਂ ਬਹੁਤ ਸਾਰੇ ਦਲਿਤ ਪਰਿਵਾਰਾਂ ਦੇ ਨੇ ਆਮ ਪਰਿਵਾਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਫੀਸਾਂ ਭਰੀਆਂ ਤੇ ਉਹਨਾਂ ਦਾ ਵਿਚਾਰਿਆਂ ਦਾ ਹਾਲ ਇਹ ਹੈ ਕਿ ਉਹ ਲਗਾਤਾਰ ਇਹਨਾਂ ਗੱਲਾਂ ਦੇ ਅੰਦਰ ਜਿਹੜਾ ਜਿਸ ਤਰ੍ਹਾਂ ਦਾ ਇਤਰਾਜ਼ ਉਹਨਾਂ ਦਾ ਰਿਹਾ ਬਕਾਇਦਾ ਤੌਰ ਦੇ ਉੱਤੇ ਕਿ ਜੋ ਸਾਡੇ ਦੇ ਲਈ ਹੋਣਾ ਚਾਹੀਦਾ ਸੀ ਉਹ ਤਾਂ ਹੋਇਆ ਨਹੀਂ ਉਹਨਾਂ ਦੇ ਹੋਰ ਹੀ ਬਹੁਤ ਸਾਰੇ ਇਤਰਾਜ਼ ਨੇ ਜਿਹਦੀ ਆਪਾਂ ਅੱਗੇ ਗੱਲ ਕਰਦੇ ਹਾਂ ਜੋ ਨਹੀਂ ਹੋਣਾ ਸੀ ਉਹ ਕਰ ਦਿੱਤਾ ਗਿਆ। ਯਾਨੀ ਆ ਜਿਹੜੇ ਆਨਸਰ ਕੀ ਦਿਓ ਕਹਿੰਦੇ ਜਿੰਨੇ ਸਾਡੇ ਇੰਸਟੀਚਿਊਸ਼ਨ ਆਲੇ ਨੇ ਸਾਰੇ ਨੇ ਉਹ ਇਹ ਗੱਲ ਉਠਾਰੇ ਨਹੀਂ ਕਿ ਜਵਾਬ ਹੀ ਗਲਤ ਨੇ। ਹੁਣ ਗਲਤੀ ਸਰਕਾਰ ਦੀ ਮੜ ਦਿੱਤੀ ਐ ਸਟੂਡੈਂਟਾਂ ਦੇ ਸਿਰ 500 ਰੁਪਇਆ ਤੁਸੀਂ ਇੱਕ ਕੁਐਸਚਨ ਦਾ ਕਹਿ ਰਹੇ ਹੋ ਤਾਂ ਉਹਨਾਂ ਦੇ ਸਿਰ ਮੜ ਰਹੇ ਹੋ ਤੁਸੀਂ। ਜਿਵੇਂ ਹੁੰਦਾ ਨਾ ਕਿ ਇੱਕ ਵਿਕਟਮ ਆ। ਵਿਕਟਮ ਨੂੰ ਹੀ ਦੋਸ਼ੀ ਬਣਾ ਦਿਓ। ਪੀੜਤ ਨੂੰ ਹੀ ਦੋਸ਼ੀ ਬਣਾ ਦਿਓ ਇੱਕ ਥਿਊਰੀ ਹੁੰਦੀ ਆ ਪੋਲਿਟਿਕਸ ਦੀ ਕਿ ਪੀੜਤ ਆ ਪੀੜਤ ਨੂੰ ਹੀ ਦੋਸ਼ੀ ਬਣਾ ਦਿਓ। ਇਹ ਵੀ ਉਹੀ ਜੀ ਗੱਲ ਆ ਕਿ ਇੱਕ ਪੀੜਤ ਬੱਚਿਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਦੋਸ਼ੀ ਹੋ ਤੁਸੀਂ 5-500 ਰੁਪਇਆ ਭਰ ਦੋ ਪੀੜਤ ਹੋ ਨੇ ਗਲਤੀ ਤੁਹਾਡੀ ਐ ਤਾਂ ਤੁਸੀਂ ਦੇਖੋਗੇ ਨਾ ਢੇਢੇ ਤੁਹਾਡੇ ਕੋਲ ਇੰਸਟੀਟਿਊਟ ਪੀਪੀਐਸਸੀ ਤੋਂ ਲੈ ਕੇ ਕਿੱਡੇ-ਕਿੱਡੇ ਵੱਡੇ ਤੁਹਾਡੇ ਇੰਸਟੀਟਿਊਸ਼ਨ ਨੇ ਕਿੱਡੇ-ਕਿੱਡੇ ਚ ਮਾਹਰ ਬੈਠੇ ਨੇ ਪੇਪਰ ਤੁਸੀਂ ਸੈੱਟ ਕਰਾਉਨੇ ਹੋ ਤਾਂ ਬੱਚਿਆਂ ਦਾ ਇਹ ਪੂਰੇ ਪੰਜਾਬ ਚੋਂ ਬਹੁਤ ਵੱਡੇ ਪੱਧਰ ਦੇ ਉੱਤੇ ਇਤਰਾਜ਼ ਆ ਰਿਹਾ ਹੈਗਾ ਕਿ ਇਹ ਜਿਹੇ ਪੇਪਰ ਨੇ ਜਿਹੜੇ ਉਹਨਾਂ ਨੇ ਇੱਕ ਅੱਜ ਮੈਂ ਦੇਖ ਰਿਹਾ ਸੀ ਬੱਚਿਆਂ ਨੇ ਇੱਕ ਜੋਮਲਾ ਚਲਾਇਆਗਾ ਇੱਕ ਜੁਮਲਾ ਚੱਲਿਆ ਪੰਜਾਬ 'ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਉਹ ਵੀ ਮੈਂ ਪੜ੍ਹ ਕੇ ਜ਼ਰੂਰ ਸੁਣਾਉਣਾ ਚਾਹਣਾ ਬੱਚਿਆਂ ਨੇ ਅੱਜ ਭੇਜਿਆ ਕਿ ਸਰਕਾਰ ਦੇ ਬਾਰੇ ਲਿਖਿਆ ਕਿ ਸਰਕਾਰ ਪੁੱਛਦੀ ਹੈ ਪੰਜਾਬ ਦੀ ਰਾਜਧਾਨੀ ਦੱਸੋ ਬੱਚਾ ਦੱਸਦਾ ਚੰਡੀਗੜ੍ਹ ਸਰਕਾਰ ਕਹਿੰਦੀ ਹੈ ਸ਼ਿਮਲਾ ਤੇ ਸਟੂਡੈਂਟ ਕਹਿੰਦੇ ਆ ਨਹੀਂ ਜੀ ਤੁਸੀਂ ਗਲਤ ਹੋ ਅੱਗੋਂ ਕਹਿੰਦੇ ਆ ਦਿਓ 500 ਮੰਨ ਲੈਂਦੇ ਆ ਇਸ ਤਰ੍ਹਾਂ ਦਾ ਜੁਮਲਾ ਬਣਾਇਆ ਗਿਆ ਕਿ 500 ਰੁਪਏ ਦੇ ਦਿਓ ਅਸੀਂ ਮੰਨ ਲੈਂਦੇ ਆਗੇ ਇਹ ਇਤਰਾਜ਼ ਜਿੰਨੇ ਵੀ ਵਿਦਿਆਰਥੀਆਂ ਨੇ ਪੇਪਰ ਦਿੱਤੇ ਪਹਿਲਾਂ ਤਾਂ ਪੋਸਟਾਂ ਹੀ ਨਿਕਲਦੀਆਂ ਪੋਸਟਾਂ ਨਿਕਲਦੀਆਂ ਨੇ ਤੇ ਵਿਚਾਰੇ ਬੱਸਾਂ ਲੈ ਕੇ ਗੱਡੀਆਂ ਲੈ ਕੇ ਪਤਾ ਨਹੀਂ ਕਿਵੇਂ ਕਰਕੇ ਮਸਾਂ ਪਹੁੰਚਦੇ ਆ ਐਕਸੀਡੈਂਟ ਹੋ ਗਿਆ ਸੀਗਾ ਆਪਾਂ ਦੇਖਿਆ ਇੱਥੇ ਚੰਡੀਗੜ੍ਹ ਦੇ ਨੇੜੇ ਬਾਕੀ ਥਾਵਾਂ ਦੇ ਉੱਤੇ ਵੀ ਇੰਨੀਆਂ ਵੱਡੀਆਂ ਸਮੱਸਿਆਵਾਂ ਬੱਚਿਆਂ ਨੂੰ ਆਈਆਂ ਨੇ ਬੱਸਾਂ ਲੱਦੀਆਂ ਲਦਾਈਆਂ ਆਪਾਂ ਦੇਖਿਆ ਪਹਿਲੀ ਵਾਰ ਮੈਨੂੰ ਲੱਗਦਾ 15-20 ਸਾਲ ਪੁਰਾਣੀ ਗੱਲ ਹੈ ਜਾਈਦੀ ਆਪਾਂ 10-15 ਸਾਲ ਪਹਿਲਾਂ ਬੱਸਾਂ ਤੇਆਂ ਲੋਕ ਉੱਪਰ ਬੰਦੇ ਹੁੰਦੇ ਸੀ ਤਾਂ ਹੁਣ ਅਸੀਂ ਦੇਖਿਆ ਕਿ ਕਿਸੇ ਤਰ੍ਹਾਂ ਬੱਸਾਂ ਦੇ ਉੱਪਰ ਲਟਕੇ ਹੋਏ ਸੀ ਕੁੜੀਆਂ ਵੀ ਬੱਸਾਂ ਦੇ ਉੱਪਰ ਬੈ ਦੇਉ ਦੇਣ ਆਏ ਨੇ ਫਿਰ ਵੀ ਹੁਣ ਤੁਸੀਂ ਇਤਰਾਜ਼ ਉਹਨਾਂ ਦੇ ਸਿਰ ਮੜ ਰਹੇ ਹੋ ਸਰਕਾਰ ਦੀ ਗਲਤੀ ਨੂੰ ਬੱਚੇ ਕਹਿੰਦੇ ਸਰਕਾਰ ਦੀ ਗਲਤੀ ਹੈਗੀ ਇਹ ਜਿਹੜਾ ਪੇਪਰ ਹੈ ਜਵਾਬ ਨੇ ਜਿਹੜੇ ਠੀਕ ਨਹੀਂ ਹੈ ਇਹਦੇ باوجود ਗਲਤੀ ਸਾਡੇ ਤੇ ਮੜੀ ਜਾ ਰਹੀ ਹੈ ਤਾਂ ਸਰਕਾਰ ਨੂੰ ਸੋਚਣ ਦੀ ਲੋੜ ਹੈ ਸਰਕਾਰ ਇਹਦੇ ਤੇ ਕੋਈ ਸਟੈਪ ਚੁੱਕੇ ਜੀ ਯਾਦਵਿੰਦਰ ਜੀ 500 ਰੁਪਏ ਆਪਰ ਕੁਐਸਚਨ ਦੀ ਗੱਲ ਹੋ ਰਹੀ ਹੈ ਜੇ ਓਵਰਆਲ ਗੱਲ ਕਰੀਏ ਤਾਂ 1152 ਪੋਸਟਾਂ ਸੀ ਪਟਵਾਰੀ ਦੀਆਂ ਪਰ 2.5 ਲੱਖ ਦੇ ਕਰੀਬ ਵਿਦਿਆਰਥੀ ਸੀ ਜਿਨ੍ਹਾਂ ਨੇ ਪੇਪਰ ਅਪਲਾਈ ਕੀਤਾ ਸੀ ਕਿੰਨੀ ਕਮਾਈ ਹੋਈ ਹੋ ਸਰਕਾਰ ਨੂੰ ਦੇਖੋ ਸਰਕਾਰ ਨੂੰ ਜਿਹੜਾ ਮੰਨਿਆ ਜਾ ਰਿਹਾ ਕਿ 30 ਕਰੋੜ ਦੇ ਨੇੜੇ 30 ਤੋਂ 35 ਕਰੋੜ ਦੇ ਨੇੜੇ ਸਰਕਾਰ ਨੂੰ ਕਿਉਂਕਿ 250 ਰੁਪਿਆ ਐਸ ਇਸਟੂਡੈਂਟ ਲਈ ਸੀ ਉਸ ਤੋਂ ਵੱਡਾ 500 ਰੁਪਿਆ ਸੀਗਾ ਔਰ 2 2.5 ਲੱਖ ਦੇ ਨੇੜੇ ਬੱਚਿਆਂ ਨੇ ਭਰਿਆ ਇਹ ਜੀ ਜੋ 2,20,000 ਦੇ ਨੇੜੇ ਕਹਿੰਦੇ ਆ ਬੱਚੇ ਬੈਠੇ ਨੇ 34 35,000 ਦੇ ਨੇੜੇ 2 ਲੱਖ ਦੇ ਨੇੜੇ ਭਰਿਆ ਸੀਗਾ ਤਾਂ ਪਟਵਾਰੀਆਂ ਨੂੰ ਤਨਖਾਹ ਕਿੰਨੀ ਦੇਣੀ ਹੈਗੀ ਹਾਲਾਂਕਿ ਪਟਵਾਰੀ ਦੇ ਬਾਰੇ ਬਹੁਤ سارے ਇਲਜ਼ਾਮ ਜਿਹੜੇ ਕਿਸਾਨ ਨੇ ਲਾਉਂਦੇ ਨੇ ਕਿ ਪਟਵਾਰੀ ਸਾਡੇ ਤੋਂ ਕ腐ਸ਼ਨ ਕਰਕੇ ਲੈ ਜਾਂਦੇ ਨੇ ਕਿਸਾਨਾਂ ਦਾ ਅਕਸਰ ਪਟਵਾਰੀਆਂ ਦੇ ਉੱਤੇ ਇਲਜ਼ਾਮ ਹੁੰਦਾ ਕਿ ਪਟਵਾਰੀ ਤਾਂ ਬਿਨਾਂ ਪੈਸਿਆਂ ਤੋਂ ਜਿਰੀ ਵੀ ਨਹੀਂ ਚੱਕਦਾ ਪਰ ਉਹ ਇੱਕ ਵੱਖਰਾ ਮਸਲਾ ਦੂਜਾ ਮਸਲਾ ਇਹ ਹੈਗਾ ਕਿ ਤੁਸੀਂ 18 ਮਹੀਨੇ 18 ਮਹੀਨੇ ਉਹਨਾਂ ਨੂੰ 5000 ਰੁਪਏ ਤਨਖਾਹ ਦੇਣੀ ਆ 18 ਮਹੀਨੇ 5000 ਰੁਪਏ ਤਨਖਾਹ ਦੇਣੀ ਆ ਤੇ ਤੁਸੀਂ ਪੈਸੇ ਇੰਨੇ ਇਕੱਠੇ ਕਰ ਲੇ ਮਤਲਬ 35-40 ਕਰੋੜ ਰੁਪਏ ਤੁਸੀਂ ਹੁਣੇ ਇਕੱਠਾ ਕਰ ਰਹੀ ਹੈ ਸਰਕਾਰ ਤੇ ਕੋਈ ਕਹਿ ਰਿਹਾ ਸੀਗਾ ਕਿ ਜਿਹਦਾ ਵਿਆਜ ਲਾਉਣਾ ਹੋਵੇ ਕਿੰਨੇ ਪੈਸੇ ਬਣ ਗਏ ਤੋਂਕ ਉਹ ਨਾ ਕੋਈ ਪੈਨਸ਼ਨ ਆ ਹੁਣ ਤਾਂ ਸਰਕਾਰੀ ਨੌਕਰੀ ਚ ਪੈਨਸ਼ਨ ਤਾਂ ਕੋਈ ਹੈ ਨਹੀਂਗੀ ਤੇ ਬੱਚੇ ਕਿਉਂਕਿ ਆਪਸ਼ਨ ਨਹੀਂ ਹੈਗੀ ਸਰਕਾਰੀ ਨੌਕਰੀ ਨੂੰ ਬੰਦਾ ਇੱਕ ਸਿਕਿਉਰਿਟੀ ਮੰਨ ਲੈਂਦਾ ਸਿਕਿਉਰਿਟੀ ਕੀ ਹੈ ਕਿ ਹਾਂ ਯਾਰ ਅਸੀਂ ਪੱਕੇ ਆ ਇੱਥੇ ਸਾਨੂੰ ਕੋਈ ਕੱਢੂਗਾ ਨਹੀਂ ਨਹੀਂ ਤਾਂ ਅੱਜਕੱਲ ਬਹੁਤ ਐਕਸਪੋਜ਼ਰ ਆ ਪ੍ਰਾਈਵੇਟ ਨੌਕਰੀਆਂ ਚ ਹੀ ਬੜਾ ਐਕਸਪੋਜ਼ਰ ਆ ਤੁਹਾਡੇ ਕੋਲ ਹੋਰ ਬੜੇ ਸਾਧਨ ਨੇ ਮੈਂ ਤਾਂ ਅਕਸਰ ਕਹਿੰਦਾ ਹਾਂ ਉਹਨਾਂ ਜਿਨੇ ਨੌਕਰੀ ਮਿਲਦੇ ਆ ਕਿ ਸਰਕਾਰੀ ਨੌਕਰੀਆਂ ਨਾਲੋਂ ਬਾਕੀ ਥਾਵਾਂ ਦੇ ਉੱਤੇ ਜਾਣਾ ਚਾਹੀਦਾਗਾ ਅੱਜ ਦੁਨੀਆ ਚ ਬਹੁਤ ਸਾਰਾ ਐਕਸਪੋਜ਼ਰ ਆ ਜੇ ਤੁਸੀਂ ਆਪਣਾ ਕਦੇ ਟੈਲੈਂਟ ਤਰਾਸ਼ ਕੇ ਆਉਨੇ ਕਲੀ ਸਰਕਾਰੀ ਨੌਕਰੀਆਂ ਤੇ ਟੇਕ ਨਾ ਰੱਖੋ ਪਰ ਕਿਉਂਕਿ ਸਾਰੇ ਬੱਚੇ ਤਾਂ ਇੱਕ ਤਰ੍ਹਾਂ ਦੇ ਨਹੀਂ ਹੁੰਦੇਗੇ ਕਿਸੇ ਨੂੰ ਲੱਗਦਾ ਮੇਰੀ ਸਿਕਿਉਰਿਟੀ ਤਾਂ ਮੈਂ ਤਾਂ ਇੱਕ ਕੰਫਰਟ ਜ਼ੋਨ ਚ ਜਾਣਾ ਮੇਰੀ ਇੱਕ ਨੌਕਰੀ ਲੱਗ ਗਈ ਹੈ ساری ਉਮਰ ਹੈਗੀ ਕੋਈ ਐਕਸਪੈਰੀਮੈਂਟਲ ਹੁੰਦਾ ਕੋਈ ਤਜਰਬੇ ਕਰਦਾ ਜ਼ਿੰਦਗੀ ਚ ਉਹਨੂੰ ਲੱਗਦਾ ਕਿ ਮੈਂ ਤਾਂ ਇੱਕ ਗੱਲ ਤੋਂ ਤਾਂ ਮੈਂ ਅੱਕੀ ਜਾਊਂਗਾ ਤਾਂ ਇਹ ਇਹ ਤਾਂ ਇੱਕ ਵੱਖਰਾ ਮਸਲਾ ਪਰ ਸਰਕਾਰ ਜਿਹੜੇ ਜੋ ਜੋ ਕੁਝ ਕਰ ਰਹੀ ਹੈਗੀ ਉਹ ਤਰੀਕਾ ਪਹਿਲਾਂ ਤਾਂ ਤੁਸੀਂ 5 ਸਾਲ ਕਹੀਗੇ ਹਰ ਘਰ ਨੌਕਰੀ ਹੁਣ ਜਦੋਂ ਨੌਕਰੀਆਂ ਕੱਢ ਰਹੇ ਹੋਗੇ ਉਦੋਂ ਤੁਸੀਂ ਇਹ ਹਾਲ ਹੈ ਕਿ ਬੱਚਿਆਂ ਦੇ ਇਤਰਾਜ਼ ਨੇ ਪੋਸਟਾਂ 1152 ਨੇ 2.5 ਲੱਖ ਦੇ ਨੇੜੇ ਬੱਚਿਆਂ ਨੇ 234000 ਤੋਂ ਉੱਪਰ ਬੱਚਿਆਂ ਨੇ ਅਪਲਾਈ ਕੀਤਾਗਾ ਤੇ ਇਸ ਕਰਕੇ ਸਰਕਾਰ ਨੂੰ ਕਿੱਥੇ ਤਾਂ ਬਹੁਤ ਲੀਨੀਅਟ ਹੋਣ ਦੀ ਲੋੜ ਹੈ ਇਸ ਮਸਲੇ 'ਚ ਸਰਕਾਰ ਜਿਹੜਾ ਵਿਦਿਆਰਥੀਆਂ ਵਾਲਕ ਝਕਾ ਹੋਣਾ ਚਾਹੀਦਾ ਦੂਸਰੇ ਪਾਸੇ ਵਿਦਿਆਰਥੀਆਂ ਨੂੰ ਘਰ ਤੋਂ ਘਰੋਂ ਤੁਰਨ ਤੋਂ ਲੈ ਕੇ ਪੇਪਰ ਦੇ ਕੇ ਘਰੇ ਜਾਣ ਤੱਕ ਵੀ ਸਮੱਸਿਆਵਾਂ ਆ ਰਹੀਆਂ ਨੇ ਅਨਸਰ ਕੀ ਬੱਚਿਆਂ ਨੇ ਦੇਖੀ ਉਹਦੇ ਤੇ ਬੱਚਿਆਂ ਨੂੰ ਇਤਰਾਜ਼ ਆ ਔਰ ਜਿਹੜੇ ਇੰਸਟੀਚੂਨ ਨੇ ਉਹਨਾਂ ਨੂੰ ਤਰਾਜ਼ ਆ ਕਿ ਇਹ ਗਲਤ ਆਗਾ ਤੇ ਉਹਦੇ ਚ ਤੁਸੀਂ ਠੀਕ ਕਰਨ ਦੀ ਥਾਂ ਕਹਿ ਰਹੇ ਹੋਗੇ ਕਿ ਹਾਂ ਪੈਸੇ ਦੇ ਦਿਓ ਅਸੀਂ ਉਹ ਕਰ ਦਿੰਨੇ ਆ ਤਾਂ ਜਿਹੜਾ ਉਹਨਾਂ ਨੇ ਬਣਾਇਆ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨਹੀਂ Shimla ਉਹਨਾਂ ਨੇ ਠੀਕ ਹੀ ਬਣਾਇਆਗਾ ਉਹਨਾਂ ਨੂੰ ਤਾਂ ਲੱਗਣਾ ਹੀ ਹੈ ਇਹ ਯੰਗ ਨੇ ਸਾਰੇ ਉਹਨਾਂ ਨੂੰ ਲੱਗਦਾਗਾ ਕਿ ਬੜੀ ਇਨਸਪੀਰੇਸ਼ਨ ਦੇ ਨਾਲ 5 ਸਾਲ ਤਾਂ ਨੌਕਰੀਆਂ ਨਿਕਲੀਆਂ ਨੌਕਰੀਆਂ ਨਿਕਲੀਆਂ ਨੇ ਤਾਂ ਸਾਢੇ 4 ਸਾਲ ਆਪਾਂ ਕਹਿ ਦਈਏ ਸਰਕਾਰ ਦੇ ਹੋਗੇ ਨੌਕਰੀਆਂ ਨਿਕਲਣ ਤਾਂ ਹੁਣ ਉਹਨਾਂ ਨੂੰ ਲੱਗਦਾਗਾ ਕਿ ਅਸੀਂ ਕੁਝ ਕਰ ਲਈਏ ਤੇ ਹੁਣ ਇਹ ਸਮੱਸਿਆਵਾਂ ਆ ਰਹੀਆਂ ਨੇ ਜੇ ਆਪਾਂ ਗੱਲ ਕਰੀਏ ਕਿ 27 28 29 ਨੂੰ ਜੇਲ੍ਹ ਵਾਰਡਨ ਦਾ ਪੇਪਰ ਹੋ ਰਿਹਾ ਪਰ 28 29 ਨੂੰ ਹੀ ਬੈਂਕ ਦਾ ਪੇਪਰ ਹੈ ਇਹ ਡੇਟਸ ਕਲੈਸ਼ ਕਿਉਂ ਹੋਈਆਂ ਨੇ ਕੋਈ ਅਨਗੈਲੀ ਹੈ ਸਰਕਾਰ ਦੀ ਹੁਣ ਦੇਖੋ ਫਿਰ ਇਹੀ ਹੈ ਸਰਕਾਰ ਦੀ ਪਲ-ਪਲ ਦੇ ਉੱਤੇ ਅਨਗੈਲੀ ਹੈਗੀ ਹੁਣ ਤੁਸੀਂ ਇਹ ਤਾਂ ਸਰਕਾਰ ਇਹਦਾ ਜਵਾਬ ਦੇ ਸਕਦੀ ਹੈ ਨਹੀਂ ਜੀ ਇਹ ਤਾਂ ਦੋਨੇ ਪਾਸੇ ਵੀ ਤਾਂ ਕੋਈ ਅਪਲਾਈ ਕਰ ਸਕਦਾ ਨਾ ਇਹ ਬਣਾਉਣ ਵਾਲੇ ਨੇ ਨਹੀਂ ਸੋਚਿਆ ਜਿਹੜੀ ਮੈਂ ਤੁਹਾਨੂੰ ਡੇਟ ਦੱਸ ਰਿਹਾਗਾ ਕਿ ਜਿਹੜੀਆਂ ਦੋਨੇ ਪਾਸੇ ਜਿੰਨਾ ਬੱਚਿਆਂ ਨੇ ਮੈਨੂੰ ਅੱਜ ਉਹੀ ਫੋਨ ਆਇਆ ਇੱਕ ਬੱਚੇ ਦਾ ਜਿਹੜਾ ਕਹਿ ਰਿਹਾ ਕਿ ਜੀ ਮੈਂ ਕੋਆਪਰੇਟਿਵ ਬੈਂਕ ਦਾ ਤੇ ਜੇਲ੍ਹ ਬਾਡਨ ਦਾ ਦੋਵਾਂ ਦਾ ਭਰਿਆ ਤੇ 29 ਤਰੀਕ ਨੂੰ ਜੇਲ੍ਹ ਬਾਡਨ ਦਾ 29 ਤਰੀਕ ਨੂੰ ਹੀ ਕੋਆਪਰੇਟਿਵ ਬੈਂਕ ਦਾ ਵੀ ਪੇਪਰ ਆਗਾ ਇਸ ਤਰ੍ਹਾਂ ਦੇ ਇਤਰਾਜ਼ ਬੱਚਿਆਂ ਦੇ ਆ ਰਹੇ ਨੇ ਉਹਨਾਂ ਨੇ ਕਿਹਾ ਫਾਰਮ ਫਿਲ ਚ ਸੇਮ ਸਟੂਡੈਂਟ ਨੇ ਸਾਰਿਆਂ ਨੇ ਬਹੁਤ ਸਾਰੇ ਫਾਰਮ ਫਿਲ ਕੀਤੇ ਹੋਏ ਨੇ ਫਾਰਮ ਫਿਲ ਕਰਾ ਲੈ ਤੁਹਾਡੇ ਕੋਲ ਪੈਸਾ ਵੀ ਕਰੋੜਾ ਰੁਪਇਆ ਤਾਂ ਸਰਕਾਰ ਕੋਲੇ ਇਹੀ ਆ ਗਿਆ ਚਲੋ ਠੀਕ ਹੈ ਸਾਰੀ ਉਮਰ ਨੌਕਰੀ ਦੇਣੀ ਆ ਸਰਕਾਰ ਨੇ ਪੈਸੇ ਦੇਣ ਉਹ ਇੱਕ ਅਲੱਗ ਮਸਲਾ ਉਹ ਸਰਕਾਰ ਨੇ ਕੋਈ ਆਪਣੀ ਜੇਬ ਚੋਂ ਨਹੀਂ ਦੇਣੇ ਹੁੰਦੇ ਲੋਕਾਂ ਦਾ ਹੀ ਪੈਸਾ ਹੁੰਦਾ ਨੌਕਰੀਆਂ ਦਾ ਜਿਹੜਾ ਬਜਟ ਆ ਪੰਜਾਬ ਦਾ ਜਿਹੜਾ ਬਜਟ ਦਾ ਜੇ ਪੰਜਾਬ 100 ਰੁਪਏ ਇਕੱਠਾ ਹੁੰਦਾ ਨਾ ਤਾਂ 100 ਚੋਂ 70 ਰੁਪਏ ਮਲਾਜ਼ਮਾਂ ਦੇ ਉੱਤੇ ਜਾਂਦੇ ਨੇ 60 60 ਦੇ ਨੇੜੇ ਜਿਹੜੇ ਆ ਮਲਾਜ਼ਮਾਂ ਦੇ ਉੱਤੇ ਖਰਚ ਹੁੰਦੇ ਆ ਤਾਂ ਉਹ ਅਖਰਾ ਮਸਲਾ ਉਹ ਤਾਂ ਲੋਕਾਂ ਦੇ ਹੀ ਪੈਸਾ ਲੋਕਾਂ ਤੇ ਲੱਗਦਾ ਮਲਾਜ਼ਮ ਵੀ ਲੋਕਾਂ ਦੇ ਹੀ ਨੇ ਸਰਕਾਰ ਜੇ ਚੱਲਦੀ ਆ ਤਾਂ ਹੀ ਸਿਸਟਮ ਚੱਲਦਾਗਾ ਉਹ ਇਸ਼ੂ ਨਹੀਂ ਆ ਇਸ਼ੂ ਇਹ ਹੈਗਾ ਕਿ ਇੱਕ ਗਲਤੀ ਨਹੀਂ ਹੈਗੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਕਿੰਨੀਆਂ ਗਲਤੀਆਂ ਨੇ ਆਹ ਹੁਣ ਕਿੰਨਾ ਵੱਡਾ ਬਲੰਡਰ ਆਗਾ ਕਿ 29 ਤਰੀਕ ਨੂੰ ਹੀ ਤੁਸੀਂ ਜੇਲ੍ਹ ਬਾੜਨ ਦਾ ਪੇਪਰ ਰੱਖਿਆ 29 ਤਰੀਕ ਨੂੰ ਹੀ ਕੋਆਪਰੇਟਿਵ ਬੈਂਕ ਦਾ ਇੱਕ ਸਟੂਡੈਂਟ ਦੀ ਅੱਜ ਮੈਨੂੰ ਕਾਲ ਆਈ ਕਿ ਜੀ ਮੈਂ ਵੀ ਇਹ ਪੇਪਰ ਭਰਿਆ ਹੋਇਆ ਮੇਰਾ ਜੀ ਇੱਧਰ ਵੀ ਆ ਤੇ ਇੱਧਰ ਵੀ ਆ ਤੇ ਆ ਦੱਸੋ ਹੁਣ ਅਸੀਂ ਕੀ ਕਰੀਏ ਤੁਸੀਂ ਇਸ ਮਸਲੇ ਨੂੰ ਉਠਾਓ ਸਾਰੇ ਦੇਖਦੇ ਆਪਣਾ ਪ੍ਰੋਗਰਾਮ ਦੇਖਦੇ ਉਹਨਾਂ ਨੇ ਕਿਹਾ ਜੀ ਤੁਸੀਂ ਜਦੋਂ ਗੱਲ ਕਰਦੇ ਹੋ ਤਾਂ ਸਰਕਾਰਾਂ ਤੱਕ ਪਹੁੰਚਦੀ ਹੈ ਲੋਕਾਂ ਤੱਕ ਪਹੁੰਚਦੀ ਹੈ ਇੱਕ ਪ੍ਰੈਸ਼ਰ ਬਿਲਡ ਹੁੰਦਾ ਤੁਸੀਂ ਜ਼ਰੂਰ ਇਸ ਗੱਲ ਦਾ ਸਾਡਾ ਪ੍ਰੋਗਰਾਮ ਦੇ ਜ਼ਰੂਰ ਕਰੋ ਤਾਂ ਹੀ ਅਸੀਂ ਸਪੈਸ਼ਲੀ ਇਸ ਗੱਲ ਦੇ ਉੱਤੇ ਬਹੁਤ ਸਾਰੇ ਹੋਰ ਇਸ਼ੂਸ ਨੂੰ ਲੱਗਿਆ ਨਹੀਂ ਜਦੋਂ ਸਟੂਡੈਂਟਾਂ ਦਾ ਮਸਲਾ ਭਵਿੱਖ ਦਾ ਮਸਲਾ ਜਿਹੜੇ ਇਸ ਦੇ ਇਸ ਦੇਸ਼ ਨੂੰ ਬਣਾਉਣਾ ਜਿਨ੍ਹਾਂ ਨੇ ਇਸ ਪੰਜਾਬ ਨੂੰ ਬਣਾਉਣਾਗਾ ਉਹ ਜਦੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਵਿੱਚ ਘਿਰੇ ਹੋਏ ਨੇ ਤਾਂ ਫਿਰ ਸਰਕਾਰ ਨੂੰ ਸੋਚਣ ਦੀ ਲੋੜ ਹੈ ਸਰਕਾਰ ਇਸ ਗੱਲ ਦੇ ਉੱਤੇ ਗੱਲ ਕਰੇ ਔਰ ਵਿਦਿਆਰਥੀਆਂ ਨੂੰ ਵੀ ਇਹ ਮਸਲਾ ਹੋਰ ਸਾਧਨਾਂ ਦੇ ਜ਼ਰੀਏ ਚੁੱਕਣ ਦੀ ਲੋੜ ਹੈ ਤੇ ਮੀਡੀਆ ਦੇ ਜ਼ਰੀਏ ਵੀ ਜਾਣ ਦੀ ਲੋੜ ਹੈ ਯਦਵਿੰਦਰ ਜੀ ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਨੇ ਉਦੋਂ ਹੀ ਪੋਸਟਾਂ ਕੱਢੀਆਂ ਜਾਂਦੀਆਂ ਨੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ ਸਰਕਾਰ ਨੇ ਪਰ 4 ਸਾਲ ਕਿੱਥੇ ਸੀ ਇਹ ਤਾਂ ਤੁਸੀਂ ਚਾਹੇ ਮੋਦੀ ਸਰਕਾਰ ਦੇਖ ਲਓ ਚਾਹੇ ਮਰਮੋਣ ਸਿੰਘ ਦੀ ਸਰਕਾਰ ਦੇਖ ਲਓ ਚਾਹੇ ਬਾਦਲ ਦੀ ਸਰਕਾਰ ਦੇਖ ਲਓ ਜਾਂ ਕੈਪਟਨ ਦੀ ਸਰਕਾਰ ਦੇਖ ਲਓ ਪੋਸਟਾਂ ਤੁਹਾਨੂੰ ਆਖਰੀ ਸਾਲ 'ਚ ਮਿਲਣਗੀਆਂ ਆਖਰੀ ਸਾਲ 'ਚ ਕੀ ਲੋਕਾਂ ਨੂੰ ਲੁਭਾਉਣਾ ਯਾਨੀ ਅਗਲੇ ਸਾਲ ਜਦੋਂ ਵੋਟਾਂ ਆ ਰਹੀਆਂ ਨੇ 6 ਮਹੀਨੇ ਰਹਿ ਗਏ 6 ਮਹੀਨੇ ਪਹਿਲਾਂ ਹੁਣ ਦੇਵਾਂਗੇ ਚਰਚਾ ਹੋਏਗੀ ਇੱਕ ਕਿ ਦੇਖੋ ਜੀ ਇਹ ਕੈਪਟਨ ਸਰਕਾਰ ਨੇ ਨੌਕਰੀਆਂ ਦੇਤੀਆਂ ਘਰ- ਗੱਲ ਚੱਲੂਗੀ ਤਾਂ ਅੱਗੇ ਇੱਕ ਇੱਕ ਬੰਦੇ ਨੂੰ ਜਦੋਂ ਨੌਕਰੀ ਮਿਲਦੀ ਐ ਇੱਕ ਥਾਂ ਤਾਂ ਨਹੀਂ ਉਹ ਤਾਂ 10 ਥਾਂ ਦੇ ਉੱਤੇ ਦੱਸਦਾ ਕਿ ਨਹੀਂ ਇਹ ਸਰਕਾਰ ਨੇ ਮੈਨੂੰ ਨੌਕਰੀ ਦਿੱਤੀ ਐ ਮੈਂ ਭਰਤੀ ਹੋਇਆਗਾ ਤਾਂ 10 ਬੰਦਿਆਂ ਨੂੰ ਹੋਰ ਲੱਗਦਾ ਕਿ ਸਾਡੇ ਲਈ ਵੀ ਆਪਸ਼ਨ ਹੋਈ ਐ ਸਰਕਾਰ ਸਾਡੇ ਲਈ ਵਧੀਆ ਕਰਗੀ ਹੁਣ ਅਸੀਂ ਉਹਨਾਂ ਨੂੰ ਵੋਟਾਂ ਪਾ ਦਈਏ ਇਹ ਪਾਰਟੀ ਨੂੰ ਵੋਟਾਂ ਪਾ ਇਹ ਸਾਰੀਆਂ ਪਾਰਟੀਆਂ ਦਾ ਕਾਂਗਰਸ ਦਾ ਨਹੀਂ ਕੱਲੀ ਦਾ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਲੈਫਟ ਹੋਵੇ ਰਾਈਟ ਹੋਵੇ ਜਿੱਥੇ ਮਰਜ਼ੀ ਦੇਖ ਲਓ ਹਰ ਥਾਂ ਦੇ ਉੱਤੇ ਇੰਡੀਆ ਦੇ ਅੰਦਰ ਖਾਸ ਤੌਰ ਤੇ ਦੱਖਣੀ ਏਸ਼ੀਆ ਦੀ ਰਾਜਨੀਤੀ ਐਈਆਂ ਕਿ ਆਖਰੀ ਸਾਲ ਦੇ ਅੰਦਰ ਲੋਕਾਂ ਨੂੰ ਵੱਡੇ ਵੱਡੇ ਸੁਪ ਵਡੀਆਂ-ਵਡੀਆਂ ਚੀਜ਼ਾਂ ਕਰ ਦੋ। ਹੁਣ بڑے ਪ੍ਰੋਜੈਕਟਾਂ ਦੇ ਐਲਾਨ ਵੀ ਹੋਣਗੇ ਜਿਹੜੇ ਵਿੱਚ ਪੈਂਡਿੰਗ ਹੀ ਰਹਿ ਜਾਣਗੇ ਕੁੱਝ ਤਾਂ। ਕੁਝ ਸਿਰੇ ਵੀ ਲੱਗ ਜਾਣਗੇ। ਨੌਕਰੀਆਂ ਕੱਢਣਾ ਮਾੜੀ ਗੱਲ ਨਹੀਂ ਆ ਵਧੀਆ ਗੱਲ ਆ। ਪਰ ਜੇ ਇਹੀ ਸਕੈਟਰਡ ਵੇ ਦੇ ਨਾਲ ਜੋ 2.5 ਲੱਖ ਇੱਕੋ ਟਾਈਮ ਦੇ ਰਿਆ। ਅਲੱਗ-ਅਲੱਗ ਵੀ ਬਹੁਤ ਸਾਰੇ ਤਰੀਕੇ ਹੁੰਦੇ ਨੇ ਨਾ। ਜੇ ਤੁਸੀਂ ਸ਼ੁਰੂ ਤੋਂ ਇੱਕ ਤੁਹਾਡੀ ਕਮਿਟਮੈਂਟ ਹੋਵੇ ਕਿ ਇਹ ਮਸਲਾ ਇਸ ਗੱਲ ਨਾਲ ਸਿਰਫ ਜੁੜਿਆ ਹੋਇਆ ਨਹੀਂ ਆ ਕਿ ਜੀ ਅਸੀਂ ਸਿਰਫ ਲੋਕ ਲੁਭਾਉਣੇ ਬਾਧੇ ਲਈ ਜਾਂ ਆਪਦੀ ਬੱਲੇ-ਬੱਲੇ ਕਰਵਾਉਣੀਆਂ ਆ ਸਰਕਾਰ ਨੇ। ਜੇ ਕੰਸਰਨ ਹੋਵੇ ਲੋਕਾਂ ਦੇ ਨਾਲ ਤੁਹਾਡਾ ਕੰਸਰਨ ਆ। ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਪਰ ਅਸੀਂ ਜਿਵੇਂ ਮੈਂ ਕਹਿੰਦਾ ਇੱਕ ਸਰਕਾਰ ਦਾ ਮਸਲਾ ਨਹੀਂ ਹੈ ਇਹ ਸਾਰੀਆਂ ਸਰਕਾਰਾਂ ਇਸੇ ਤਰੀਕੇ ਨਾਲ ਕਰਦੀਆਂ ਯਾਦਵਿੰਦਰ ਜੀ ਇੱਕ ਉਸ ਦਿਨ ਇਹ ਵੀ ਮਸਲਾ ਹੋਇਆ ਸੀ ਜਿਸ ਦਿਨ ਪੇਪਰ ਸੀ ਕਿ ਬੱਚਿਆਂ ਨੂੰ ਖੱਜਲ ਖਵਾਰੀ ਤਾਂ ਹੋਈ ਹੋਈ ਬਲਕਿ ਸੈਂਟਰਾਂ ਦੇ ਵਿੱਚ ਵੀ ਉਹਨਾਂ ਦੇ ਕਕਾਰ ਤੱਕ ਲਹਾ ਦਿੱਤੇ ਗਏ ਸੀ ਬੱਸਾਂ ਦੇ ਵਿੱਚ ਵੀ ਆਪਾਂ ਦੇਖਿਆ ਕੁੜੀਆਂ ਵੀ ਖੱਜਲ ਹੋ ਰਹੀਆਂ ਸੀ ਉਹਦੇ ਬਾਰੇ ਕੀ ਕਹੋਗੇ ਦੇਖੋ ਇਸ ਤਰ੍ਹਾਂ ਦੀ ਵੀ ਬਹੁਤ ਸਾਰੇ ਸਟੂਡੈਂਟਾਂ ਨੇ ਸਾਡੇ ਤੱਕ ਇਹ ਗੱਲ ਕਹੀ ਸੀ ਕਿ ਬਹੁਤ ਸਾਰੇ ਸੈਂਟਰਾਂ ਦੇ ਅੰਦਰ ਜੈਮਰ ਲਾਏ ਹੋਏ ਸੀ ਵਧੀਆ ਗੱਲ ਆ ਨਕਲ ਨਾ ਵੱਜੇ ਪਾਰਦਰਸ਼ਤਾ ਨਾਲ ਪੇਪਰ ਹੋਵੇ ਪਾਰਦਰਸ਼ੀ ਸਿਸਟਮ ਹੋਵੇ ਅਸੀਂ ਵੀ ਇਹਦੀ ਮੰਗ ਕਰਦੇ ਆਂ ਬਿਲਕੁਲ ਇਹ ਗੱਲ ਠੀਕ ਆ ਪਰ ਕਿਸੇ ਦੇ ਧਾਰਮਿਕ ਚਿੰਨ੍ਹ ਅਸੀਂ ਫਰਾਂਸ ਦੀ ਸਰਕਾਰ ਨੂੰ ਤਾਂ ਇਥੋਂ ਲਿਖਦੇ ਆਂ ਕਿ ਸਾਡਾ ਧਾਰਮਿਕ ਚਿੰਨ੍ਹ ਜੇ ਕੈਪਟਨ ਹੋਣ ਚਾਹੇ ਬਾਦਲ ਹੋਣ ਲਿਖਦੇ ਆਂ ਨਾ ਕਿ ਸਾਡੇ ਧਾਰਮਿਕ ਚਿੰਨ੍ਹ ਨੇ ਇਹ ਇਹ ਸਾਡੇ ਧਾਰਮਿਕ ਚਿੰਨ੍ਹ ਨੇ ਅਸੀਂ ਆਸਟ੍ਰੇਲੀਆ ਦੇ ਅੰਦਰ ਇੱਕ ਘਟਨਾ ਹੋਈ ਉਹਨਾਂ ਨੇ ਸਾਡੇ ਧਾਰਮਿਕ ਚਿੰਨ੍ਹ ਤੇ ਬੈਨ ਲਾਇਆ ਸਕੂਲਾਂ 'ਚ ਸਾਡੀ ਸਰਕਾਰ ਨੇ ਐਸਜੀਪੀਸੀ ਨੇ ਸਭ ਨੇ ਲਿਖਿਆ ਕਿ ਜੀ ਇਹ ਇੱਕ ਘਟਨਾ ਦੇ ਨਾਲ ਪੂਰੇ ਭਾਈਚਾਰੇ ਨੂੰ ਨਹੀਂ ਜੋੜ ਸਕਦੇ ਤੁਸੀਂ ਤੇ ਜੇ ਸਾਡੇ ਪੰਜਾਬ 'ਚ ਇਹ ਹੋ ਰਿਹਾ ਜਿਵੇਂ ਬੱਚਿਆਂ ਦਾ ਇਤਰਾਜ਼ ਆ ਅਸੀਂ ਕੋਈ ਅੱਖੀਂ ਦੇਖੀ ਘਟਨਾ ਨਹੀਂ ਹੈ ਪਰ ਬਹੁਤ ਸਾਰੇ ਬੱਚਿਆਂ ਨੇ ਇਹ ਗੱਲ ਕਹੀ ਹੈਗੀ ਕਿ ਕਈ ਥਾਵਾਂ ਤੇ ਸਾਡੇ ਕਕਾਰ ਲਹਾਏ ਗਏ ਨੇ ਇਹ ਗਲਤ ਗੱਲ ਆ ਕਿਸੇ ਦਾ ਵੀ ਧਾਰਮਿਕ ਉਹ ਗੱਲੇ ਕਿਸੱਖਾਂ ਦਾ ਮਸਲਾ ਨਹੀਂ ਹੈ ਚਾਹੇ ਕਿਸੇ ਨੇ ਕੋਈ Hindu ਭਾਈਚਾਰੇ ਚੋਂ ਚਾਹੇ ਕੋਈ Sikh ਭਾਈਚਾਰੇ ਚੋਂ ਚਾਹੇ ਕੋਈ ਮੁਸਲਮਾਨ ਭਾਈਚਾਰੇ ਚੋਂ ਆਂ Christian ਆ Jaini ਆ Bodhi ਆ ਜੀਦਾ ਵੀ ਜੋ ਆਸਥਾ ਗਈ ਉਹ ਆਸਥਾ ਦੇ ਉੱਤੇ ਕਿਸੇ ਸਟੇਟ ਨੂੰ ਕੋਈ ਹੱਕ ਨਹੀਂਗਾ ਕਿਸੇ ਸਰਕਾਰ ਨੂੰ ਕਿਸੇ ਮੁਲਾਜ਼ਮ ਨੂੰ ਕੋਈ ਹੱਕ ਨਹੀਂ ਹੈਗਾ ਕਿ ਉਹ ਉਹਦੇ ਨਾਲ ਛੇੜਛਾੜ ਕਰੇ ਕਿਸੇ ਵੀ ਧਰਮ ਦੇ ਨਾਲ ਸਿੱਖਾਂ ਦਾ ਇਕੱਲਾ ਮਸਲਾ ਨਹੀਂ ਹੈ ਸਭ ਦਾ ਮਸਲਾ ਹੈ ਇਸ ਕਰਕੇ ਇਹ ਚੀਜ਼ ਹੋਣੀ ਵੀ ਜੇ ਹੋਈ ਹੈਗੀ ਜਿਵੇਂ ਵਿਦਿਆਰਥੀਆਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਐ ਹੋਇਆਗਾ ਅਸੀਂ ਆਪਦੀ ਅੱਖੀ ਨਹੀਂ ਦੇਖੀ ਇਹ ਗੱਲ ਪਰ ਅਸੀਂ ਇਹ ਵਿਦਿਆਰਥੀਆਂ ਨੇ ਕਿਹਾ ਕਿ ਐ ਕਈ ਥਾਵਾਂ ਤੇ ਹੋਇਆ ਦੂਜੀ ਗੱਲ ਕੀ ਹੋਈ ਵਿਦਿਆਰਥੀਆਂ ਦਾ ਇਹ ਬਹੁਤ ਵੱਡਾ ਅਤਰਾਜ ਹੈ ਜੇ ਸਰਕਾਰ ਅੱਗੇ ਕਰ ਸਕਦੀ ਹੈਗੀ ਵਿਦਿਆਰਥੀ ਬਠਿੰਡੇ ਦਾ ਪੇਪਰ ਦੇਣਾ ਆ ਰਿਹਾਗਾ ਲੁਧਿਆਣੇ ਤੋਂ ਅੱਗੇ ਵਿਦਿਆਰਥੀ ਫਿਰੋਜ਼ਪੁਰ ਦਾ ਪੇਪਰ ਦੇਣ ਆ ਰਿਹਾ ਪਟਿਆਲੇ ਕੋਲ ਤਾਂ ਇਹ ਵੀ ਡਿਸਟੈਂਸ ਦਾ ਵੀ ਖਿਆਲ ਰੱਖਣਾ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਉੱਥੀ ਲੈ ਲੋ ਸਰਕਾਰ ਦਾ ਹੋ ਸਕਦਾ ਹੈ ਫਾਰਮੂਲਾ ਹੋਵੇ ਕਿ ਉੱਥੇ ਕੋਈ ਲੋਕਲ ਥਾਂ ਦੇ ਉੱਤੇ ਤੁਸੀਂ ਆਪਦੀ ਕੋਈ ਨਕਲ ਮਾਰਨਾ ਹੋਰ ਕਰਨਾ ਲੋਕਲ ਥਾਂ ਦੇ ਉੱਤੇ ਹੁੰਦੀ ਐਡਜਸਟਮੈਂਟ ਆ ਉਹ ਵੱਖਰੀ ਗੱਲ ਆ ਦੂਰ ਪਰ ਇੰਨੀ ਦੂਰ ਨਾ ਕਰੋ ਬੱਚਿਆਂ ਨੂੰ ਵਿਚਾਰੇ ਜਿਹੜੇ ਹੁਣ ਤੁਸੀਂ ਜਿਨ੍ਹਾਂ ਤੋਂ ਢਾਈ ਢਾਈ ਸੋ ਜਿਹੜੇ ਗਰੀਬ ਘਰਾਂ ਦੇ ਬੱਚੇ ਨੇ ਉਹਨਾਂ ਨੇ ਬੱਸਾਂ ਚਾਉਣਾ ਬੱਸਾਂ 'ਚ ਕਿੰਨੀ ਵੱਡੀ ਸਮੱਸਿਆ ਆਈ ਐ ਬੇਰੋਜ਼ਗਾਰੀ ਇੰਨੀ ਆ ਇਸ ਗੱਲ ਨੇ ਉਸ ਦਿਨ ਬੱਸਾਂ 'ਤੇ ਚੜੇ ਸਟੂਡੈਂਟਾਂ ਨੇ ਦੱਸਿਆ ਪੰਜਾਬ ਕੀ ਐ ਵੈਸੇ ਨਹੀਂ ਆਪਾਂ ਨੂੰ ਪਤਾ ਲੱਗਦਾ ਪੰਜਾਬ ਦੇ ਅੰਦਰ ਕਿੱਡੇ ਵੱਡੇ ਪੱਧਰ ਤੇ ਬੇਰੋਜ਼ਗਾਰੀ ਹੈ ਕਿੰਨੇ ਵੱਡੇ ਪੱਧਰ ਤੇ ਪੜੇ ਲਿਖੇ ਬੇਰੋਜ਼ਗਾਰ ਨੇ ਮੈਨੂੰ ਲੱਗਦਾ ਹੈ ਇੰਡੀਆ ਦੀ ਇਹ ਜੀ ਸਟੇਟਸ ਦਾ ਸਭ ਤੋਂ ਵੱਧ ਪੜੇ ਲਿਖੇ ਬੇਰੋਜ਼ਗਾਰ ਹੋਣਗੇ ਪੜੇ ਲਿਖੇ ਸਟੋ ਪੜੇ ਲਿਖੇ ਬੇਰੋਜ਼ਗਾਰ ਤਾਂ ਪੜੇ ਲਿਖੇ ਬੇਰੋਜ਼ਗਾਰ ਕਿੰਨੇ ਵੱਡੇ ਪੱਧਰ ਤੇ ਨੂੰ ਸਾਨੂੰ ਉਦੋਂ ਬਸਾਂ ਦੱਸ ਰਹੀਆਂ ਸੀ ਐਲ ਐਲ ਐਮ ਪੀ ਐਚ ਡੀ ਐਮ ਏ ਕਿੰਨਾ ਨੌਕਰੀਆਂ ਲਈ ਅਪਲਾਈ ਕਰ ਰਹੇ ਸੀ ਆ ਛੋਟੀਆਂ ਮਤਲਬ ਪਟਵਾਰੀ ਦੀ ਨੌਕਰੀ ਕੱਲੇ ਪਰਦੇਸ ਆਵਣਾ ਕੋਈ ਬੰਦਾ ਜਦੋਂ ਪੜਦਾ ਕਿਸ ਗੱਲ ਦੇ ਲਈ ਪੜਦਾ ਕਿ ਜੋ ਮੈਂ ਪੜਿਆ ਉਹਦੇ ਮੁਤਾਬਕ ਮੈ ਨਾਕੀ ਐਲ ਐਲ ਐਮ ਮੈਂ ਬੰਦਾ ਕਨਸਟੇਬਲ ਦੇ ਲਈ ਭਰਤੀ ਦੇ ਹੋ ਰਿਹਾ ਜਿਹੜੀ ਆਪਾਂ ਜਿਹਦੀ ਪੋਸਟਿੰਗ ਦੇ ਲਈ ਜਿਹੜੀ ਹੈਗੀ ਪਟਵਾਰੀ ਦੇ ਲਈ ਜੋ ਕੁਆਲੀਫਿਕੇਸ਼ਨ ਆ ਉਹ ਤੋਂ ਕਿਤੇ ਅੱਗੇ ਦੀ ਕੁਆਲੀਫਿਕੇਸ਼ਨ ਦੇ ਲਈ ਉਹ ਉੱਥੇ ਆ ਰਿਹਾ ਤਾਂ ਇਹਦਾ ਸੰਕਟ ਦੇਖੋ ਸੋਸਾਇਟੀ ਦਾ ਕਿੱਡਾ ਵੱਡਾ ਸੰਕਟ ਹੈ ਸਾਡੀਆਂ ਸਰਕਾਰਾਂ ਨੂੰ ਸਾਡੀ ਪੋਲੀਟੀਕਲ ਪਾਰਟੀਆਂ ਨੂੰ ਸਭ ਨੂੰ ਸੁਚਨ ਦੀ ਲੋੜ ਹੈ ਜਿੰਨੇ ਵੱਡੇ ਪੱਧਰ ਤੇ ਸੰਕਟ ਹੈ ਪੜ੍ਹੇ ਲਿਖੇ ਬੇਰੋਜ਼ਗਾਰ ਨੇ ਇੱਕ ਗੱਲ ਜਾਣ ਲਓ ਇਹਨਾਂ ਨੂੰ ਦੇਰ ਨਹੀਂ ਲੱਗਣੀ ਜਦੋਂ ਕੋਈ ਦੂਜੇ ਪਾਸੇ ਨੂੰ ਤੁਰਦੇ ਆ ਅਸੀਂ ਪੰਜਾਬ 'ਚ ਬਹੁਤ ਕੁਝ ਦੇਖਿਆਗਾ ਇਹ ਗੱਲਾਂ ਨੂੰ ਸਰਕਾਰਾਂ ਨੂੰ ਜ਼ਿੰਮੇਵਾਰੀ ਦੇ ਨਾਲ ਇਹ ਪੜੇ ਲਿਖੇ ਬੇਰੁਜ਼ਗਾਰਾਂ ਨੂੰ ਕਿਤੇ ਸੈੱਟ ਕਰਨ ਦੀ ਲੋੜ ਆ ਕਿਸੇ ਥਾਂ ਦੇ ਉੱਤੇ ਇਹਨਾਂ ਦੀ ਨਰਜੀ ਲੱਗੇ ਕਿਸੇ ਥਾਂ ਦੇ ਉੱਤੇ ਐਡਜਸਟ ਹੋਣ ਇੰਨੇ ਵੱਡੇ ਪੱਧਰ ਦੇ ਉੱਤੇ ਅਸੀਂ ਉਦੋਂ ਦੇਖਿਆ ਤਾਂ ਉਲਟਾ ਜਿਹੜਾ ਉਹਨਾਂ ਨੂੰ ਸਾਰੀ ਮਤਲ ਖੱਜਲ ਖਵਾਰੀ ਦੇਖੋ ਤੁਸੀਂ ਇਹਦਾ ਕੀ ਮਤਲਬ ਆ ਕਿ ਕਿਸੇ ਇੱਕ ਜ਼ਿਲ੍ਹੇ ਤੋਂ ਤੁਸੀਂ ਤਿੰਨ ਜ਼ਿਲ੍ਹੇ ਪਾਰ ਕਰਾ ਕੇ ਲਿਆ ਰਹੇ ਹੋ ਇੱਕ ਜ਼ਿਲ੍ਹੇ ਵਾਲੇ ਨੂੰ ਦੂਜੇ ਜ਼ਿਲ੍ਹੇ 'ਚ ਲਿਆਓ ਮੰਨ ਲਓ ਕੋਈ ਬਰਨਾਲੇ ਦਾ ਉਹਨੂੰ ਸੰਗਰੂਰ ਲਿਆਓ ਸੰਗਰੂਰ ਵਾਲੇ ਨੂੰ ਮਾਨਸਾ ਲੈ ਜਾਓ ਮਾਨਸਾ ਵਾਲੇ ਨੂੰ ਬਠਿੰਡੇ ਲੈ ਜਾਓ ਫਿਰੋਜ਼ਪੁਰ ਵਾਲੇ ਨੂੰ ਮੁਕਸਰ ਲੈ ਇਹੀ ਹੋ ਸਕਦਾ ਨਾ ਪਰ ਤੁਸੀਂ ਮੁਕਸਰ ਵਾਲੇ ਨੂੰ ਕਹੋ ਤੂੰ ਪਟਿਆਲੇ ਆ ਜਾਂ ਬਿਰਨ ਦੇ ਵਾਲੇ ਨੂੰ ਕਹਿ ਰਹੇ ਹੋ ਲੁਧਿਆਣੇ ਜਾ ਮਹਾਲੀ ਤੱਕ ਆਏ ਨੇ ਕਿ ਕਿੱਥੋਂ 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 ਦੇ ਸਟੂਡੈਂਟ ਇਸ ਕਰਕੇ ਇਹ ਗੱਲਾਂ ਦੇ ਬਾਰੇ ਸਰਕਾਰ ਨੂੰ ਧਿਆਨ ਰੱਖਣ ਦੀ ਲੋੜ ਹੈ ਇਹ ਗੱਲਾਂ ਇੱਕ ਨਿਰਾਸ਼ਾ ਪੈਦਾ ਕਰਦੀਆਂ ਨੇ ਵਿਦਿਆਰਥੀਆਂ 'ਚ ਨੌਕਰੀ ਤੇ ਹਜ਼ਾਰ ਨਹੀਂ ਮਿਲਣੀਆਂ ਨਾ 1152 ਪੋਸਟਾਂ ਕੱਢੀਆਂ ਨੇ ਬਾਕੀ ਤਾਂ ਵਿਚਾਰੇ ਜਿਹੜੇ ਫਿਰ ਉਹਨਾਂ ਸਾਰਿਆਂ ਨੂੰ ਨਹੀਂ ਮਿਲਣੀ ਤਾਂ ਘਟੋਕਾ ਕੀ ਹੋਊਗਾ ਹਾਂ ਮੈਂ ਉਹੀ ਕਹਿ ਰਿਹਾਗਾ ਕਿ ਉਹ ਉਹ ਸਵਾਲ ਸਰਕਾਰਾਂ ਸਾਹਮਣੇ ਹੋਣਾ ਚਾਹੀਦਾ ਘਟੋਕਾ ਟਰੀਟਮੈਂਟ ਤਾਂ ਠੀਕ ਕਰੋ ਨਾਲ ਤੁਹਾਡੀ ਨੌਕਰੀ ਤੇ ਆਉਂਦੀਆਂ ਵੀ ਉਹ ਤੁਹਾਡੇ ਤੋਂ ਨਿਰਾਸ਼ ਹੋਣ ਤੁਹਾਡੇ ਪ੍ਰਤੀ ਨਫ਼ਰਤ ਪੈਦਾ ਹੋਵੇ ਜੀ ਨੌਕਰੀ ਨਹੀਂ ਦੇ ਸਕਦੇ ਘਟੋ ਘਟ ਉਹਨਾਂ ਨੂੰ ਸਹੀ ਮਾਹੌਲ ਤਾਂ ਦੇ ਦਿਓ ਤੇ ਦੂਜੀ ਗੱਲ ਇਹਦੇ ਬਾਰੇ ਸਰਕਾਰਾਂ ਨੂੰ ਸੋਚਣ ਦੀ ਲੋੜ ਆ ਇਹ ਨਹੀਂ ਕਿ ਚੋਣਾਂ ਨੇੜੇ ਆਈਆਂ ਪੋਸਟਾਂ ਕੱਢਤੀਆਂ ਹਰ ਸਰਕਾਰ ਐ ਕਰਦੀ ਇੱਕ ਵੱਡਾ ਪਲਾਨ ਬਣਨ ਦੀ ਲੋੜ ਆ ਬੇਰੋਜ਼ਗਾਰੀ ਦੇ ਉੱਤੇ ਨਹੀਂ ਪੰਜਾਬ ਨਾ ਬਹੁਤ ਸਾਰੇ ਬੰਦੇ ਕਹਿੰਦੇ ਬਰੂਦ ਦੇ ਢੇਰ ਤੇ ਬੈਠੀ ਸਟੇਟ ਆ ਇਹ ਇਸ ਤਰ੍ਹਾਂ ਦਾ ਇੱਥੇ ਇੱਕ ਇੰਨੇ ਵੱਡੇ ਪੱਧਰ ਤੇ ਬੇਰੋਜ਼ਗਾਰੀ ਇਸ ਕਰਕੇ ਸਰਕਾਰਾਂ ਸੋਚਣ ਸਭ ਨੂੰ ਨੌਕਰੀਆਂ ਕਿਵੇਂ ਦੇਣੀਆਂ ਨੇ ਔਰ ਅਸੀਂ ਇਹ ਵੀ ਕਹਨੇ ਆਗੇ ਕਿ ਸਾਰ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ ਪਰ ਮੈਂ ਤਾਂ ਪਰਸਨਲੀ ਇਹ ਗੱਲ ਕਹਿਣਾ ਆਪਣੇ ਐਕਸਪੀਰੀਅੰਸ ਤੋਂ ਕਿ ਬਹੁਤ ਮੌਕੇ ਹੁੰਦੇ ਨੇ ਜੇ ਤੁਸੀਂ ਆਪਣੇ ਆਪ ਨੂੰ ਰਿਫਾਈਨ ਕਰਦੇ ਹੋ بڑے ਮੌਕੇ ਹੁੰਦੇ ਨੇ ਠੀਕ ਆ ਸਰਕਾਰ ਦਾ ਕੰਮ ਹੈ ਮੈਂ ਨਹੀਂ ਕਹ ਰਿਹਾ ਸਰਕਾਰ ਦਾ ਕੰਮ ਨਹੀਂ ਸਰਕਾਰ ਦਾ ਕੰਮ ਹੈ ਰੋਜ਼ਗਾਰ ਮਈਆ ਕਰਉਣਾ ਪਰ ਨੌਜਵਾਨਾਂ ਨੂੰ ਆਪਣੇ ਪੱਧਰ ਦੇ ਉੱਤੇ ਵੀ ਆਪਣੇ ਟੈਲੈਂਟ ਨੂੰ ਪਛਾਣ ਕੇ ਅੱਗੇ ਵਧਣ ਦੀ ਲੋੜ ਆ ਸਿਰਫ ਉਹੀ ਸਾਡੀ ਇੱਕ ਮਾਈਂਡ ਸੈਟ ਆ ਪੰਜਾਬ ਦਾ ਅੰਗਰੇਜ਼ਾਂ ਵੇਲੇ ਤੋਂ ਤੁਸੀਂ ਦੇਖ ਲਓ ਇੱਥੇ ਬੰਦੇ ਨੂੰ ਲੱਗਦਾ ਨੌਕਰੀ ਕਰ ਲਈਏ ਬਸ ਜਿਹਨੂੰ ਗੁਜਰਾਤੀ ਆ ਨੌਕਰੀ ਨਹੀਂ ਕਰਦੇ ਬਿਜ਼ਨਸ ਕਰਦੇ ਬਹੁਤ ਸਾਰਾ ਕੁਝ ਕਰਦੇ ਸਾਡੀ ਕਮਿਊਨਿਟੀ ਦੇ ਅੰਦਰ ਇੱਕ ਰਹਾਗਾ ਇਹ ਸਾਡੀ ਹਿਸਟਰੀ ਦੇ ਅੰਦਰ ਆਇਆ ਰਹਾਗਾ ਨੌਕਰੀ ਵਾਲਾ ਜਿਹੜਾ ਇੱਥੇ ਸਭ ਤੋਂ ਸੌਖਾ ਮੰਨਿਆ ਜਾਂਦਾ ਕਿ ਇੱਕ ਬੰਦਾ ਨੌਕਰੀ ਤੇ ਲੱਗਿਆ ਜ਼ਮੀਨਾਂ ਤੇ ਨੌਕਰੀ ਤੇ ਲੱਗਿਆ ਬਸ ਇਦੋਂ ਵੱਡ ਅੱਗੇ ਤਾਂ ਕੋਈ ਗੱਲ ਹੀ ਨਹੀਂ ਉਹਨੂੰ ਤਾਂ ਬਹੁਤ ਇੰਤਿਹਾਬ ਵਧੀਆ ਮੰਨਿਆ ਜਾਂਦਾ ਕਿ ਤੁਹਾਡੇ ਕੋਲ ਜ਼ਮੀਨ ਦੇ ਪੰਜ 10 ਕਿੱਲੇ ਤੇ ਤੁਸੀਂ ਨੌਕਰੀ ਤੇ ਹੋ ਇਦੋਂ ਵਧੀਆ ਗੱਲ ਦੁਨੀਆ ਤੇ ਕੀ ਹੋ ਸਕਦੀ ਹੈ ਉਹ ਦੁਨੀਆ ਦੀ ਵਧੀਆ ਗੱਲ ਨਹੀਂ ਆ ਉਹ ਇਹ ਦੀ ਜੋ ਰਿਸਪੌਂਸਿਬਿਲਟੀ ਆ ਸਰਕਾਰ ਨੂੰ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਸਰਕਾਰ ਸੋਚੇ ਕਿ ਬੇਰੋਜ਼ਗਾਰੀ ਕਿਵੇਂ ਕਰਨੀ ਆ ਪਰ ਨੌਜਵਾਨਾਂ ਨੂੰ ਵੀ ਆਪਣੇ ਮੌਕੇ ਤਲਾਸ਼ਨੇ ਚਾਹੀਦੇ ਆ ਆਪਣੇ ਆਪ ਨੂੰ ਰਿਫਾਈਨ ਕਰਨਾ ਚਾਹੀਦਾ ਆਪਣਾ ਟੈਲੈਂਟ ਆ ਜਿਹੜਾ ਉਹ ਲੱਭਣਾ ਚਾਹੀਦਾ ਸਰਕਾਰਾਂ ਦੇ ਭਰੋਸੇ ਨਾ ਰਹੋ ਸਿਸਟਮ ਦੇ ਭਰੋਸੇ ਕੱਲਾ ਨਾ ਰਹੋ ਆਪਣੇ ਆਪ ਨੂੰ ਪਛਾਣੋ ਬਹੁਤ ਸਾਰੇ ਮੌਕੇ ਹੁੰਦੇ ਆ ਬਹੁਤ ਸਾਰੇ ਮੌਕੇ ਤੁਹਾਨੂੰ ਲਿਆ ਕੇ ਕਿਤੇ ਹੋਰ ਖੜੇ ਕਰ ਦਿੰਦੇ ਆ ਨਹੀਂ ਤੁਸੀਂ ਹੋ ਸਕਦਾ ਕੋਈ ਇੱਕ ਬੰਦਾ ਕੁਝ ਬਣਨਾ ਚਾਹੁੰਦਾ ਹੁੰਦਾ ਉੱਥੇ ਉਹ ਹੁੰਦਾ ਪਰ ਉਹ ਦਿਵਾ ਜਦੋਂ ਬੰਦਾ ਸੋਚਦਾ ਜਿਵੇਂ ਆਪਦੀ ਲਾਈਫ ਚੀ ਬੰਦਾ ਸੋਚਦਾ ਮੈਜਿਨ ਕਰਦਾ ਕਿ ਹਰ ਜੇ ਮੈਂ ਉਦੋਂ ਇੱਥੇ ਭਰਤੀ ਹੋ ਜਾਂਦਾ ਤਾਂ ਮੈਂ ਕੀ ਹੁੰਦਾ ਅੱਜ ਜਿੱਥੇ ਮੈਂ ਬੈਠਾ ਮੈਂ ਕੀ ਤਾਂ ਬੰਦਾ ਬਾਅਦ ਚ ਉਹ ਗੱਲਾਂ ਸੋਚਦਾ ਇਸ ਕਰਕੇ ਪਹਿਲਾਂ ਵੀ ਇਹ ਗੱਲਾਂ ਸੋਚਣ ਦੀ ਲੋੜ ਆ ਜਦੋਂ ਟ੍ਰੇਨਿੰਗ ਹੁੰਦੀ ਹੈ ਜਦੋਂ ਤੁਸੀਂ ਕਿਤੇ ਜਾਂਦੇ ਹੋ ਪ੍ਰੋਪਰ ਗਾਈਡੈਂਸ ਆ ਜਿਹੜੀ ਕਿ ਕਿਹੜੇ ਫੀਲਡ ਜਾਣਾ ਚਾਹੀਦਾ ਜਿਹੜੇ ਤੁਹਾਡੇ ਇੰਟਰਸਟ ਨੇ ਤੁਹਾਡਾ ਮੈਂ ਅਕਸਰ ਕਹਿਣਾ ਹੁੰਨਾਗਾ ਕਿ ਤੁਹਾਡਾ ਕੰਮ ਤੁਹਾਡਾ ਪੈਸ਼ਨ ਹੋਣਾ ਚਾਹੀਦਾ ਜੇ ਤੁਹਾਡਾ ਕੰਮ ਤੁਹਾਡਾ ਪੈਸ਼ਨ ਹੁੰਦਾ ਤੁਹਾਨੂੰ ਕੰਮ ਨਹੀਂ ਲੱਗਦਾ ਪੈਸ਼ਨ ਚ ਕਦੇ ਬੰਦਾ ਬੋਰ ਨਹੀਂ ਜੋ ਤੁਸੀਂ ਬੋਰ ਨਹੀਂ ਹੁੰਦੇ ਤਾਂ ਸਭ ਤੋਂ ਅਹਿਮ ਚੀਜ਼ ਉਹ ਹੁੰਦੀ ਹੈ ਨੌਕਰੀਆਂ ਲੋਕ ਕਰਦੇ ਸਭ ਤੋਂ ਬੋਰਿੰਗ ਉੱਥੇ ਮਾਹੌਲ ਹੁੰਦਾਗਾ ਸੀ ਦੇਖਿਆ ਹੀ ਆ ਸਭ ਕੁਝ ਸਿਸਟਮ ਦੇ ਅੰਦਰ ਹੀ ਵਿੱਚ ਕਰਦੇ ਆ ਇਸ ਕਰਕੇ ਜ਼ਰੂਰੀ ਆ ਉਹ ਚੀਜ਼ਾਂ ਨੂੰ ਵੀ ਐਕਸਪਲੋਰ ਕਰਨ ਦੀ ਲੋੜ ਆ ਸਰਕਾਰਾਂ ਤੇ ਕੱਲੀ ਟੇਕ ਨਾ ਰੱਖੋ ਪਰ ਸਰਕਾਰਾਂ ਆਪਣੀ ਭੂਮਿਕਾ ਜ਼ਰੂਰ ਨਿਭਾਉਣ ਸੋ ਵਿਦਿਆਰਥੀਆਂ ਦੇ ਮਸਲੇ ਨੇ ਪਰ ਦੇਖਦੇ ਆ ਕਿ ਸਰਕਾਰ ਵਿਦਿਆਰਥੀਆਂ ਦੇ ਇਹਨਾਂ ਮਸਲਿਆਂ ਦੇ ਵੱਲ ਧਿਆਨ ਦੇਏਗੀ ਜਾਂ ਨਹੀਂ ਦੇਏਗੀ